ਤੇ ਬਰਾਬਰ ਦੇ ਅਟੈਕ ਤੇ ਬਰਾਬਰ ਦੀਆਂ ਹੀ ਹੁਣ ਦੇਖੋ ਪੈਨਲਟੀਆਂ ਲੱਗਣ ਲੱਗਦੀਆਂ। ਪਹਿਲੀ ਪੈਨਲਟੀ ਲਾ ਰਿਹਾ ਗਗਨ ਪਾਣਾ ਤੋਂ, ਰੁੱਕ ਲਈ ਤਿਆਰ ਕਾਕਾ। ਲਓ ਜੀ ਔਰ ਸਕੋਰ ਪਾਣਾ ਇੱਕ ਮੁਕਤਸਰ ਜੀਰੋ, ਰਪਾਣਾ ਇੱਕ ਮੁਕਤਸਰ ਜੀਰੋ। ਮੁਕਤਸਰ ਦਾ ਮਣੀ ਪੰਜ ਨੰਬਰ ਦੀ ਕਿੱਟ ਵਿੱਚ ਪੈਨਲਟੀ ਲਾਉਣ ਲਈ ਤਿਆਰ, ਅਤੇ ਰਪਾਣਾ ਤੋਂ ਕੇਵਲ ਜੋ ਪਹਿਲਾਂ ਗੋਲਕੀਪਰ ਖੇਡਦੇ ਰਹੇ ਨੇ ਹੁਣ ਉਹ ਪੈਨਲਟੀ ਰੋਕਣ ਲਈ ਤਿਆਰ ਬਰ ਤਿਆਰ। ਕੇਵਲ ਕੋਲ ਵੀ ਕਾਫੀ ਐਕਸਪੀਰੀਅੰਸ ਹੈ ਪੈਨਲਟੀ ਰੋਕਣ ਦਾ। ਲਓ ਜੀ ਦੇਖਦੇ ਹਾਂ, ਰੈਫਰੀ ਤਿਆਰ, ਲੈਂਥ ਪਲੇਅਰ ਤਿਆਰ। ਬਹੁਤ ਹੀ ਵਧੀਆ, ਜਿੰਨੇ ਵੀ ਕਹਿ ਸਕੇ ਜੱਜਮੈਂਟ ਕਰ ਲਈ ਸੀ, ਬਟ ਪੈਨਲਟੀ ਇੰਨੀ ਤੇਜ਼ ਇੰਨੀ ਕੋਨੇ ਵਿੱਚ ਸੀ, ਉਹਨੂੰ ਰੋਕਣਾ ਬੇਹੱਦ ਹੀ ਮੁਸ਼ਕਲ ਸੀ। ਲਓ ਜੀ ਸਕੋਰ 1-1, ਰਪਾਣਾ 1 ਮੁਕਤਸਰ 1। ਇਹ ਰਪਾਣਾ ਤੋਂ ਮੈਨੂੰ ਜੋ ਪੰਜਾਬ ਪੁਲਿਸ ਵਿੱਚ ਸੇਵਾ ਨਿਭਾ ਰਿਹਾ, ਪੈਨਲਟੀ ਲਾਉਣ ਲਈ ਤਿਆਰ। ਬਹੁਤ ਵਧੀਆ ਪਲੇਅਰ ਹੈ ਜੀ। ਪੈਨਲਟੀ ਕਾਕਾ ਮੁਕਤਸਰ ਦਾ ਰੋਕਣ ਲਈ ਤਿਆਰ। ਜੱਜਮੈਂਟ ਓਕੇ, ਪੈਨਲਟੀ ਓਕੇ, ਬਟ ਗੋਲ ਹੋ ਚੁੱਕੇ। ਲਾਡੀ ਸ਼ਾਇਦ ਲਾਡੀ ਹੈ 6 ਨੰਬਰ ਕਿੱਟ ਵਿੱਚ ਪੈਨਲਟੀ ਲਾਉਣ ਲਈ ਤਿਆਰ। ਦੇਖਦੇ ਹਾਂ ਜੀ, ਦੋਨੋਂ ਹੀ ਪੈਨਲਟੀਆਂ ਜੱਜ, ਬਟ ਸਕੋਰ ਜੱਜਮੈਂਟ ਹੋ ਚੁੱਕੀ ਸੀ। ਪੈਨਲਟੀ ਜ਼ਿਆਦਾ ਕੋਨੇ ਵਿੱਚ ਹੋਣ ਕਰਕੇ ਨਹੀਂ ਰੋ ਸਕੇ। ਕੇਵਲ ਜੋ ਰਪਾਣੇ ਦੇ ਗੋਲਕੀਪਰ ਐਕਸਪੀਰੀਅੰਸ ਕਾਫੀ ਹੈ ਪੈਨਲਟੀ ਰੋਕਣ ਦਾ, ਪਿਛਲੇ 4-5 ਸਾਲਾਂ ਤੋਂ ਪੈਨਲਟੀਆਂ ਰੋਕ ਰਹੇ ਨੇ। ਪਰ ਦੇਖਦੇ ਹਾਂ ਜੀ, ਕਾਕਾ ਤੀਸਰੀ ਪੈਨਲਟੀ ਲਾਉਣ ਲਈ ਤਿਆਰ ਮੁਕਤਸਰ ਦੇ। ਇਸ ਵੱਲ ਰੋਂਗ ਜੱਜਮੈਂਟ, 3-3 ਪੈਨਲਟੀਆਂ ਔਰ 2-3। ਲਓ ਜੀ ਭੁੱਲਰ ਸਾਹਿਬ ਆ ਚੁੱਕੇ ਨੇ 2 ਨੰਬਰ ਕਿੱਟ ਵਿੱਚ ਪੈਨਲਟੀ ਲਾਉਣ ਲਈ। ਜਦੋਂ ਦੋਨੋਂ ਹੀ ਗੋਲਕੀਪਰ ਚੰਗੇ ਹੋਣ ਪੈਨਲਟੀਆਂ ਰੋਕਣ ਵਿੱਚ ਚੰਗੀ ਉਹ ਸ਼ਮਤਾ ਰੱਖਦੇ ਹੋਣ ਤਾਂ ਪੈਨਲਟੀ ਲਾਉਣੀ ਬਹੁਤ ਔਖੀ ਹੈ। ਇਹ ਵੀ ਪੰਜਾਬ ਪੁਲਿਸ ਵਿੱਚ ਹਨ, ਦੇਖਦੇ ਹਾਂ ਜੀ ਪੰਜਾਬ ਪੁਲਿਸ ਇੱਥੇ ਕੰਮ ਕਰਦੀ ਕਿ ਨਹੀਂ ਕਰਦੀ। ਔਰ ਇਹ ਆਸਾਨੀ ਨਾਲ ਹੀ ਚਲਾਣ ਕਾਲ ਨੂੰ ਡੁਬਾ ਦਿੱਤਾ। ਦੇਖੋ ਜੀ, 4 ਵਿੱਚੋਂ 4 ਰਪਾਣਾ, ਅੱਛਾ ਜੀ 2 ਨੰਬਰ ਹੁਣ ਮੁਕਤਸਰ ਦੇ ਆ ਚੁੱਕੇ ਨੇ। ਇਹ ਘੁੱਦਾ ਅਕੈਡਮੀ ਵਿੱਚ ਖੇਡਦੇ ਨੇ, ਪਿਛਲੀ ਵਾਰ ਅੰਡਰ 17 ਘੁੱਦਾ ਅਕੈਡਮੀ ਵੱਲੋਂ ਮੁਕਤਸਰ ਖੇਡਣ ਆਏ ਸੀ ਸਟੇਟ ਟੂਰਨਾਮੈਂਟ, ਤਾਂ ਇਹਨਾਂ ਦੀ 4th ਪੋਜੀਸ਼ਨ ਰਹੀ ਸੀ ਪੈਨਲਟੀਆਂ 'ਤੇ ਹੀ। ਉਦੋਂ ਸੈਮੀ ਫਾਈਨਲ 3rd ਪਲੇਸ ਵਾਸਤੇ ਜਦੋਂ ਮੈਚ ਸੀ ਉਹ ਹਾਰ ਚੁੱਕੇ ਸੀ ਇਹ। ਲਓ ਜੀ ਪੈਨਲਟੀ ਲੈਣ ਤਿਆਰ ਔਰ ਆਸਾਨੀ ਨਾਲ ਸਕੋਰ। ਲਓ ਜੀ 4-4 ਪੈਨਲਟੀਆਂ ਲੱਗ ਚੁੱਕੀਆਂ। ਜੇਕਰ ਇਹ 5ਵੀਂ ਪੈਨਲਟੀ ਰਪਾਣਾ ਦੀ ਟੱਪ ਜਾਂਦੀ ਆ ਤਾਂ ਰਪਾਣਾ ਕੁਆਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਵੇਗਾ। ਜੇਕਰ ਮੁਕਤਸਰ ਨੂੰ ਨੇ ਕੁਆਟਰ ਫਾਈਨਲ ਵਿੱਚ ਪਹੁੰਚਣਾ ਤਾਂ ਇਹ ਪੈਨਲਟੀ ਨੂੰ ਰੋਕਣਾ ਬੇਹੱਦ ਹੀ ਜ਼ਰੂਰੀ ਹੋਵੇਗਾ। ਤਿਆਰ ਔਰ ਇਹ ਸਕੋਰ। ਲਓ ਜੀ ਰਪਾਣਾ ਨੇ ਇਹ ਮੈਚ ਪੈਨਲਟੀਆਂ 'ਤੇ ਜਿੱਤ ਲਿਆ। ਦੋਨੇ ਟੀਮਾਂ